अगर आपने हमारे चैनल को सब्सक्राइब नहीं किया है तो इसे सब्सक्राइब कर लें। किसानों का संघर्ष पतन की तरफ। धान के यूपी से आए बगड़े ट्रक छोड़ने पर भारतीय किसान यूनियन सिद्धूपुर पर पैसे लेने के दोष। सरपंच भूपिंदर सिंह की तरफ से किसान यूनियन सिद्धूपुर के सेक्रेटरी निर्मल सिंह दूषणबाजी की। जिला श्री मुक्तसर साहिब के गांव रामनगर सौके के सरपंच भूपिंदर सिंह तरफ से फेसबुक पर लाइव होकर टोल प्लाजा पर धरने पर बैठे किसान जथेबंदियों के अगुआ पर इल्जाम लगाया है कि उन्होंने पिछले दिन ही यूपी से आए धान के भरे ट्राले जो विडिंग टोल प्लाजा पर किसानों द्वारा काबू गए थे उनको रिश्वत लेकर छोड़ दिया गया है। सुनते हैं क्या कहते हैं रामनगर सौके के सरपंच भूपिंदर सिंह। निर्मल एक बड़े के टोल प्लाजे ਤੋਂ ਵਿਵਾਦ ਸ਼ੁਰੂ ਹੋਇਆ ਕਿ ਸੋਸ਼ਲ ਮੀਡੀਆ ਤੇ ਟਰੱਕ ਛੱਡਣ ਨੂੰ ਲੈ ਕੇ ਕੀ ਪੂਰਾ ਮਾਮਲਾ। ਵੇਖੋ ਜੀ, ਜਿਹੜੇ ਵਿੜਿੰਗ ਟੋਲ ਪਲਾਜੇ ਤੇ ਰੋਕੇ ਸੀ ਜਾਂ ਰੈਸ ਪੰਪ ਤੇ ਟਰੱਕ ਰੋਕੇ ਸੀ, ਉਹਨਾਂ ਦੇ ਵਿੱਚ ਜਿਹੜੇ ਅਸੀਂ ਜਥੇਬੰਦੀਆਂ ਵੱਲੋਂ ਉਹ ਧਰਨੇ ਲਾਏ ਗਏ ਸੀ, ਟਰੱਕ ਰੋਕੇ ਗਏ ਸੀ। ਪਰ ਜਦੋਂ ਧਰਨਿਆਂ ਦੇ ਵਿੱਚ ਆਮ ਵਰਕਰ ਆਉਂਦੇ ਸਾਡੇ ਪਿੰਡਾਂ ਤੋਂ, ਤਾਂ ਵਿੜਿੰਗ ਪਿੰਡ ਤੋਂ ਇੱਕ ਪੰਚਾਇਤ ਮੈਂਬਰ, ਇੱਕ ਨਾਮਨਗਰ ਸੌਕਿਆਂ ਦਾ ਜਿਹੜਾ ਸਰਪੰਚ, ਉਹ ਵੀ ਆਉਂਦਾ ਸੀ। ਤਾਂ ਪਰ ਉਹਨਾਂ ਦਾ ਪਿਛੋਕੜੇ ਪਤਾ ਲੱਗਿਆ ਵੀ ਉਹ ਕਾਂਗਰਸ ਨਾਲ ਜੁੜੇ ਹੋਏ ਆ। ਜਿਹੜਾ ਵਿੜਿੰਗ ਪਿੰਡ ਦਾ, ਉਹ ਰਾਜੇ ਵਿੜਿੰਗ ਦਾ ਚਾਚੇ ਦਾ ਪੋਤਾ ਸਕੇ ਦਾ। ਤਾਂ ਜਦੋਂ ਗੱਲਬਾਤ ਜਥੇਬੰਦੀਆਂ ਨੇ ਕਰਨੀ ਚਾਹੀਦੀ, ਆਪਾਂ ਐਂ ਪੁਲਿਸ ਦੇ ਹਵਾਲੇ ਕਰ ਦਈਏ ਇਹਨਾਂ ਦੇ ਪਰਚੇ ਕਟਾ ਕੇ ਜਦੋਂ, ਤਾਂ ਜਦੋਂ ਗੱਲ ਇਹ ਚੱਲੀ ਵੀ ਅਸੀਂ ਪੁਲਿਸ ਦੇ ਹਵਾਲੇ ਕਰਾਂਗੇ ਜਥੇਬੰਦੀਆਂ, ਉਹਨਾਂ ਬੰਦਿਆਂ ਨੇ ਇਸ ਗੱਲ 'ਤੇ ਰੌਲਾ ਪਾ ਲਿਆ ਵੀ ਸਾਨੂੰ ਜਥੇਬੰਦੀਆਂ 'ਤੇ ਯਕੀਨ ਨਹੀਂ, ਅਸੀਂ ਇਹਦਾ ਫੈਸਲਾ ਖੁਦ ਕਰਾਂਗੇ। ਤਾਂ ਅਸੀਂ ਕਹਿਤਾ ਵੀ ਭਾਈ, ਜੇ ਤੁਸੀਂ ਜਥੇਬੰਦੀਆਂ 'ਤੇ ਐਲੀਗੇਸ਼ਨ ਲਾਉਣੇ ਆ ਤਾਂ ਸੰਗਤ ਫੈਸਲਾ ਕਰ ਲਏ, ਸਾਨੂੰ ਮਨਜ਼ੂਰ ਹੋਊਗਾ, ਤੁਸੀਂ ਫੈਸਲਾ ਕਰ ਲਓ, ਸਾਨੂੰ ਮਨਜ਼ੂਰ ਹੋਊਗਾ। ਪਰ ਜਦੋਂ ਉਹਨਾਂ ਨੇ ਕੱਲ੍ਹ ਫੈਸਲਾ ਕੀਤਾ ਹੈ, ਤਾਂ ਉਹਦੇ 'ਚ ਇਹ ਗੱਲ ਆਈ ਹੈ ਵੀ 1,00,000 ਰੁਪਈਆ ਜਿਹੜਾ ਦੂਜੇ ਨਛੇਲਰਾਂ ਵਾਲੇ ਨੇ ਵਿੜਿੰਗ ਗੁਰਦੁਆਰਾ ਸਾਹਿਬ ਨੂੰ ਦਿੱਤਾ ਹੈ, ਅਤੇ 1,00,000 ਰੁਪਈਆ ਕਿਸੇ ਗਊਸ਼ਾਲਾ ਨੂੰ ਦਿੱਤਾ ਹੈ, ਬਾਕੀ ਪੈਸੇ ਜਿਹੜੇ ਇਹਨਾਂ ਦੀ ਜੇਬ 'ਚ ਗਏ ਆ। ਸਿਆਸੀ ਬੰਦੇ ਜਿਹੜੇ ਕਾਂਗਰਸੀ ਆ, ਇਹ ਪੰਚਾਇਤ ਮੈਂਬਰ ਰਾਜੇ ਦਾ ਚਾਚੇ ਦਾ ਪੁੱਤ ਔਰ ਨਾਮਨਗਰ ਸੌਕਿਆਂ ਵਾਲਾ ਜਿਹੜਾ ਸਰਪੰਚ ਆ, ਇਹਨਾਂ ਨੇ ਜਿਹੜਾ ਇਹ ਗਲਤ ਫੈਸਲਾ ਲਿਆ, ਕਿਉਂਕਿ ਉਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਸੀ। ਸਾਰੇ ਜਿਹੜੇ ਸੀਗੇ ਉੱਥੇ ਟਰੱਕ, ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਸੀ। ਇਹਨਾਂ ਨੇ ਉਹਨਾਂ ਤੋਂ ਫੰਡ ਲੈ ਕੇ ਅਤੇ ਟਰਾਲੇ ਆ ਜਿਹੜੇ ਕੁਛ ਤਾਂ ਰਾਤ ਨੂੰ ਹੀ ਭਜਾਤੇ ਸੀ, ਅਤੇ ਕੁਛ ਦਿਨੇ ਜਿਹੜੇ ਨੋਰਮਲ ਕਾਰਵਾਈ ਕਰਕੇ ਉਹਨਾਂ ਤੋਂ ਜੁਰਮਾਨਾ ਭਵਾਲਾ ਕੇ ਜਿਹੜੇ ਟਰਾਲੇ ਛੱਡੇ ਆ, ਉਹਨਾਂ 'ਤੇ ਅਸੀਂ ਸਖ਼ਤ ਨਿੰਦਿਆ ਕਰਦੇ ਹਾਂ। ਵੇਖੋ ਜੀ, ਅਸੀਂ ਇਹ ਗੱਲ ਦਾ ਸਬੂਤ ਦਿੰਦੇ ਹਾਂ, ਜੇ ਉਹਨਾਂ ਨੂੰ ਲੱਗਦਾ ਵੀ ਕਿਤੇ ਜਥੇਬੰਦੀ ਨੇ ਫੰਡ ਲਿਆ, ਤਾਂ ਜਥੇਬੰਦੀ ਨੇ ਜੇ ਫੰਡ ਲਿਆ ਹੁੰਦਾ, ਫੈਸਲਾ ਵੀ ਜਥੇਬੰਦੀ ਕਰਦੀ, ਫਿਰ ਡਬਲ ਫੰਡ ਦੇਣ ਦੀ ਲੋੜ ਨਹੀਂ ਸੀ ਉਹਨਾਂ ਨੂੰ ਸ਼ੈਲਰ ਮਾਲਕਾਂ ਨੂੰ। ਜਿਹੜਾ ਅਸੀਂ ਉਹਨਾਂ ਨੂੰ ਨਕਾਰ ਕੀਤਾ ਸੀ ਇਸ ਗੱਲ 'ਤੇ ਸ਼ੈਲਰ ਮਾਲਕਾਂ ਨੂੰ ਵੀ ਅਸੀਂ ਕੋਈ ਫੰਡ ਨਹੀਂ ਲੈਣਾ, ਜਥੇਬੰਦੀ ਨੂੰ ਫੰਡ ਦੇਣ ਨੂੰ ਤਾਂ ਸਾਰੇ ਤਿਆਰ ਅੱਜ, ਪਰ ਜਥੇਬੰਦੀ ਕਿਸੇ ਤੋਂ ਕੋਈ ਫੰਡ ਨਹੀਂ ਲੈਂਦੇ, ਅਸੀਂ ਕਿਸੇ ਵੀ ਸ਼ੈਲਰ ਮਾਲਕ ਤੋਂ ਕਿਸੇ ਤੋਂ ਕੋਈ ਫੰਡ ਨਹੀਂ ਲੈਂਦੇ। ਪਰ ਸਿਆਸੀ ਲੋਕ ਇਸ ਆਦਤ ਤੋਂ ਹਟਦੇ ਨਹੀਂ ਆਪਦੀ ਤੋਂ, ਇਹਨਾਂ ਨੇ ਗੰਦ ਘੋਲਣਾ ਹੁੰਦਾ, ਸਿਆਸੀ ਲੋਕਾਂ ਨੇ ਗੰਦ ਘੋਲਿਆ, ਜਥੇਬੰਦੀ ਨੂੰ ਜਾਣ ਕੇ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ, ਕਿਉਂ ਸਿਆਸੀ ਇਹ ਜਿਹੜੀ ਹੈਗੀ ਆ ਸਰਕਾਰ ਦੀ ਸਿਆਸੀ ਚਾਲ ਆ। ਪੰਜਾਬ ਸਰਕਾਰ ਵੀ ਚਾਹੁੰਦੀ ਆ ਕਿਤੇ ਨਾ ਕਿਤੇ ਜਿਹੜਾ ਸਾਡਾ ਸੰਘਰਸ਼ ਆ ਉਹ ਆਪਦੀ ਲੀਹ ਤੋਂ ਲੱਥੇ, ਤਾਂ ਅਸੀਂ ਇਹਨੂੰ ਤਾਰੋ ਪੀੜ ਕਰੀਏ, ਕਿਉਂਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦਾ ਵੱਡੇ ਪੱਧਰ 'ਤੇ ਦਬਾਅ, ਗੁਰਨੀ ਰਾਜ ਹੋਣ ਦੇ ਖਦਸੇ ਆ। ਅਸੀਂ ਨੌਜਵਾਨਾਂ ਨੂੰ ਅਤੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਇਹੋ ਜਿਹੇ ਬੰਦਿਆਂ ਨੂੰ ਮੂੰਹ ਨਾ ਲਾਓ, ਜਥੇਬੰਦੀ ਸ਼ਾਂਤਮਈ ਸੰਘਰਸ਼ ਕਰ ਰਹੀ ਹੈ। ਜਿਹੜੇ ਟਰਾਲੇ ਫੜਨ ਦੀ ਜਾਂ ਝੋਨਾ ਲੁੱਟਣ ਦੀ ਗੱਲ ਆ, ਉਹਦੇ 'ਚ ਕਿਸਾਨ ਯੂਨੀਅਨ ਦਾ ਕੋਈ ਰੋਲ ਨਹੀਂ, ਅਸੀਂ ਸ਼ਾਂਤਮਈ ਕੰਮ ਕਰ ਰਹੇ ਹਾਂ, ਸ਼ਾਂਤਮਈ ਕਰਾਂਗੇ। ਸਿਆਸੀ ਲੋਕਾਂ ਤੋਂ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਬਚ ਕੇ ਰਹੋ ਇਹੋ ਜਿਹੇ ਬੰਦਿਆਂ ਤੋਂ ਜਿਹੜੇ ਦਲਾਲ ਆ। ਠੀਕ ਹੈ ਜੀ, ਇੱਕ ਤੁਹਾਡੇ 'ਤੇ ਪਰਸਨਲ ਇਲਜ਼ਾਮ ਲਾ ਰਿਹਾ ਸਰਪੰਚ, ਉਹਦੇ 'ਚ ਤੁਸੀਂ ਕੀ ਕਾਰਵਾਈ ਕਰ ਰਹੇ ਹੋ? ਵੇਖੋ ਜੀ, ਜਿਹੜਾ ਪਰਸਨਲ ਮੇਰੇ 'ਤੇ ਇਲਜ਼ਾਮ ਲਾ ਰਿਹਾ ਹੈ, ਤਾਂ ਫਿਰ ਉਹ ਸਬੂਤ ਲਿਆਵੇ, ਜੇਕਰ ਉਹ ਸਬੂਤ ਪੇਸ਼ ਕਰ ਦਿੰਦਾ ਸੰਗਤ ਦੇ ਵਿੱਚ। ਸਾਡਾ ਧਰਨਾ ਚੱਲ ਰਿਹਾ ਇੱਥੇ, ਦੂਜਾ ਫਕਰਸਰ ਵੀ ਚੱਲ ਰਿਹਾ, ਮੁਕਤਸਰ ਰੇਲਵੇ ਸਟੇਸ਼ਨ 'ਤੇ ਵੀ ਆ। ਸਾਡੀਆਂ 31 ਜਥੇਬੰਦੀਆਂ ਦੇ ਆਗੂ ਬੈਠੇ ਆ, 31 ਜਥੇਬੰਦੀਆਂ ਦੇ ਆਗੂਆਂ ਦੇ ਵਿੱਚ ਲਿਆ ਕੇ ਮੇਰੇ ਖਿਲਾਫ਼ ਸਬੂਤ ਰੱਖ ਦੇਵੇ, ਅਤੇ ਮੈਂ ਜਥੇਬੰਦੀ ਦੀ ਅਹੁਦੇਦਾਰੀ ਛੱਡ ਦੂੰਗਾ, ਤਾਂ ਜੋ ਜਥੇਬੰਦੀਆਂ ਸਜ਼ਾ ਲਾਉਣਗੀਆਂ ਮੈਨੂੰ ਮਨਜ਼ੂਰ ਹੋਊਗੀ। ਪਰ ਜੇਕਰ ਕੋਈ ਸਬੂਤ ਨਹੀਂ, ਤਾਂ ਅਸੀਂ ਜਿਹੜੇ ਹੈਗੇ ਹਾਂ ਅਸੀਂ ਮੀਟਿੰਗ ਕਰਕੇ ਉਹ 'ਤੇ ਬਣਦੀ ਕਾਰਵਾਈ ਕਰਾਂਗੇ ਸਰਪੰਚ 'ਤੇ। ਥੈਂਕ ਯੂ। ਪੋਸਟ ਸੀ ਅਤੇ ਮੈਂ ਕਿਹਾ ਵੀ ਕੱਲ੍ਹ ਨੂੰ ਨੰਗਾ ਕਰਾਂਗੇ। ਉਹਨੇ ਫਿਰ ਰਾਤ ਨਾ ਕਾਹਲੀ ਕਾਹਲੀ 'ਚ ਇੱਕ ਵੀਡੀਓ, ਯਾਰ ਨਾ ਗੇਟ ਬੰਦ ਕਰ ਦਿਓ, ਵੀਡੀਓ ਬਣਾਈ ਕਾਹਲੀ ਕਾਹਲੀ 'ਚ। ਇੰਨੀ ਕਾਹਲੀ 'ਚ ਸੀ ਵਿਚਾਰਾ ਵੀ ਜਦੋਂ ਆਪਾਂ ਕਿਸੇ 'ਤੇ ਕੋਈ ਇਲਜ਼ਾਮ ਲਾਉਣੇ ਆ ਨਾ, ਤਾਂ ਉਹ ਇਲਜ਼ਾਮ ਪੁਖਤਾ ਹੋਣਾ ਚਾਹੀਦਾ। ਪਰ ਜਿਹੜੇ ਬੰਦਿਆਂ ਦੀ ਕੋਈ ਨਾ ਤਾਂ ਜਵਾਨ ਆ, ਨਾ ਕੋਈ ਉਹਨਾਂ ਬੰਦਿਆਂ ਦੀ ਕੋਈ ਪਹਿਚਾਣ ਆ, ਨਾ ਉਹ ਬੰਦੇ ਕਿਸੇ ਨੂੰ ਜਵਾਬ ਦੇ ਨੇ, ਕਿਉਂਕਿ ਉਹ ਕਿਸੇ ਨੇ ਬੁੜੀ ਨੇ ਉਹਨਾਂ 'ਤੇ ਪਰਚਾ ਕਰਾ ਰੱਖਿਆ ਠੱਗੀ ਮਾਰਨ ਦਾ, ਹੈ ਨਾ, 420 ਦਾ ਜਾਂ ਕਿਸੇ ਹੋਰ ਦਾ, ਹਾਈਕੋਰਟ ਦੇ ਜ਼ਮਾਨਤਾਂ ਦੇ ਠੱਗੀਆਂ ਵਾਲੇ ਕੰਮਾਂ 'ਚੋਂ। ਉਹਨਾਂ ਬੰਦਿਆਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਪਰ ਮੈਂ ਦੋ ਤਿੰਨ ਉਹਨੇ ਗੱਲਾਂ ਕਹੀਆਂ, ਦੋ ਤਿੰਨਾਂ ਦਾ ਮੈਂ ਤੁਹਾਨੂੰ ਜਵਾਬ ਦਿੰਦਾ ਅਤੇ ਤੁਸੀਂ ਚੈੱਕ ਕਰ ਲਿਓ।
ਪਹਿਲੀ ਗੱਲ ਤਾਂ ਇਹ ਆ ਬਾਈ ਜੀ ਵੀ ਜਿਹੜੇ ਬੰਦੇ ਦਾ 5-7 ਲੱਖ ਰੁਪਈਆ ਮਰ ਗਿਆ ਹੋਵੇ ਗੱਡੀਆਂ ਤੋਂ ਲੈਣਾ ਸੀ ਜਿਹਨੇ ਉਹ ਤਾਂ ਫਿਰ ਪਿੱਟੂਗਾ। ਠੀਕ ਆ। ਦੂਜਾ ਨੰਬਰ ਇਹ ਬੰਦਾ ਕਹਿ ਰਿਹਾ ਵੀ ਉਹ ਭੜਕਾ ਦਿੰਦਾ ਬੰਦਿਆਂ ਨੂੰ। ਬਾਈ ਜੀ ਬੰਦੇ ਭੜਕਦੇ ਨਹੀਂ, ਬੰਦੇ ਸੱਚ ਵੱਲ ਖੜੇ ਹੋਏ ਆ। ਤੇਰੀ ਟਾਪ ਲਵਾਈ ਉਹਨਾਂ ਨੇ ਉੱਥੋਂ ਬੜੀਆਂ ਤੋਂ, ਤੇਰੀ ਟਾਪ ਲਵਾਈ ਉਹਨਾਂ ਨੇ ਰਪਾਣੇ ਤੋਂ। ਤੂੰ ਅਗਲੇ ਦਿਨ ਟਰੱਕ ਛੱਡਦਾ ਸੀ, ਉਸ ਤੋਂ ਮਗਰੋਂ ਅਸੀਂ ਕਈ ਟਰੱਕ ਫੜਾਏ, ਉਹਨਾਂ ਦੇ ਪਰਚੇ ਕਰਾਏ। ਅਤੇ ਦੂਸਰੀ ਗੱਲ ਮੈਂ ਦੱਸਦਾ, ਲਾਲਚ ਦਿੱਤਾ ਮੈਨੂੰ, ਮੈਨੂੰ ਪਹਿਲੇ ਦਿਨ ਮੈਂ ਪਬਲਿਕ 'ਚ ਕਿਹਾ ਅਤੇ ਫੇਸਬੁੱਕ ਦੇ ਉੱਤੇ ਹੈਗੀਆਂ, ਚੈੱਕ ਕਰ ਲਾ ਪੋਸਟਾਂ, ਵੀ ਉਹਨਾਂ ਨੇ ਪਹਿਲੇ ਦਿਨ ਲਾਲਚ ਲੱਖਾਂ 'ਚ ਸੀ, 1.5 ਲੱਖ 2 ਲੱਖ 'ਚ, ਠੀਕ ਆ, 50,000 ਲੈ ਲਿਆ। 50,000 ਮੇਰੇ ਬਟੂਏ 'ਚੋਂ ਹੀ ਹੁੰਦਾ, ਸਮਝ ਗਿਆ। 1.5-1,14,000 ਰੁਪਈਆ ਤਨਖਾਹ ਦਿੰਦਾ ਮੁਲਾਜ਼ਮਾਂ ਨੂੰ, ਕੋਈ ਮੇਰਾ ਡਰਾਈਵਰ ਆ, ਕੋਈ ਮੇਰਾ ਲਾਂਗਰੀ ਆ, ਕੋਈ ਮੇਰੇ ਚੰਡੀਗੜ੍ਹ ਵਾਲੇ ਘਰ ਦਾ ਲਾਂਗਰੀ ਆ, ਕੋਈ ਮੇਰੇ ਰਾਜਸਥਾਨ ਵਾਲੇ ਘਰ ਦਾ ਲਾਂਗਰੀ ਆ। ਜਿੱਡੀ ਕੁ ਔਕਾਤ ਹੁੰਦੀ ਹੈ ਨਾ ਵੱਡਾ, ਉੱਡੀ ਕੁ ਗੱਲ ਸੋਚਦਾ। ਇੱਕ ਪੈਸੇ ਨੂੰ ਕਦੇ ਨਾ ਹੱਥ ਲਾਇਆ ਅਤੇ ਨਾ ਐਤਕੀ ਲਾਇਆ। ਜਿਹੜਾ ਤੂੰ ਕਹਿ ਰਿਹਾ ਨਾ ਵੀ ਉਹ ਭੁਪਿੰਦਰ ਸਿੰਘ ਕਹਿੰਦਾ ਮੈਂ 50,000 ਗਊਸ਼ਾਲਾ ਨੂੰ ਦਿਊਂ, ਕਾਕਾ ਵੀਡੀਓ ਸੁਣ ਲਾ, ਸਾਰਾ ਕੁਛ ਪਬਲਿਕ 'ਚ ਹੋਈ ਆ ਗੱਲ, ਜੋ ਵੀ ਹੋਈ ਆ, ਤੇਰੇ ਵਾਂਗੂ ਚੋਰੀ 'ਚ ਗੁੜ ਨਹੀਂ ਭੰਨ ਕੇ ਲਿਆਈ ਸੀ। ਅਤੇ ਨਾਲੇ ਉਹ ਤਾਂ ਸਾਰੀ ਗੱਲ ਸਾਡੀ ਪਬਲਿਕ 'ਚ ਡੋਮੇਨ 'ਚ ਆ, ਅਸੀਂ ਫੇਸਬੁੱਕ 'ਤੇ ਆਪ ਪਾਈ ਵੀ ਆ, ਉਹ ਦੇਖ ਲਏ ਜੇ ਉਹਦਾ ਦਿਮਾਗ ਕੰਮ ਕਰਦਾ। ਫਿਰ ਉਹ ਇੱਕ ਗੱਲ ਕਹਿੰਦਾ ਵੀ ਭੁਪਿੰਦਰ ਸਿੰਘ ਨਾ ਉੱਥੇ ਕਿਤੇ ਗਿਆ ਨਾ ਉੱਥੇ ਰਿਹਾ। ਉਹ ਬੇਵਕੂਫ ਬੰਦਿਆ, ਪਹਿਲਾਂ ਮੇਰੀਆਂ ਫੇਸਬੁੱਕ ਦੇਖ ਲਾ, ਮੈਂ 2-2, 2:30 ਵਜੇ ਵੀ ਰਿਲਾਇੰਸ ਤੋਂ ਲਾਈਵ ਹੋਇਆ, ਠੀਕ ਆ। ਉਈਂ ਝੂਠਾਂ ਦਾ ਠੇਕਾ ਚੱਕਿਆ। ਅਤੇ ਬਾਕੀ ਜਿਹੜੀ ਸਭ ਤੋਂ ਜ਼ਰੂਰੀ ਗੱਲ, ਬਾਈ ਜੀ ਦੇਖੋ, ਮੇਰੀ ਸ਼ੈਲਰ ਵਾਲਿਆਂ ਨੇ, ਮੈਂ ਪਬਲਿਕ 'ਚ ਅੱਜ ਨਹੀਂ, ਮੇਰੀਆਂ ਕੱਲ੍ਹ ਵਾਲੀਆਂ ਪਰਸੋਂ ਵਾਲੀਆਂ ਵੀਡੀਓ 'ਚ ਸੁਣ, ਇਹ ਕਿਹਾ ਗਿਆ ਕਿ ਭੁਪਿੰਦਰ ਸਿੰਘ ਨੇ ਸਾਡਾ 100 ਕਰੋੜਾਂ 'ਚ ਨੁਕਸਾਨ ਕਰਤਾ। ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।